ਪੰਜਾਬ ਦੇ ਵਿੱਚ ਆਏ ਦਿਨ ਐਕਸੀਡੈਂਟ ਨਾਲ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਐਕਟਿਵਾ ਸਵਾਰ ਪਤੀ ਪਤਨੀ ਨੂੰ ਇੱਕ ਕੈਂਟਰ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਅਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬਾਜ਼ਾਰ ਜਾ ਰਹੇ ਪਤੀ ਪਤਨੀ ਦੇ ਵਿੱਚੋਂ ਪਤਨੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਜਦੋਂ ਕਿ ਪਤੀ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ, ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ। ਤਾਂ ਇਸ ਘਟਨਾ ਦੌਰਾਨ ਟੱਕਰ ਮਾਰਨ ਤੋਂ ਬਾਅਦ ਕੈਂਟਰ ਚਾਲਕ ਹੈ ਜਿਹੜਾ ਮੌਕੇ 'ਤੇ ਫਰਾਰ ਹੋ ਗਿਆ ਹੈ। ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇਸ ਮੌਕੇ ਗੱਲਬਾਤ ਕਰਦਿਆਂ ਪੀੜਿਤ ਪਰਿਵਾਰ ਨੇ ਕੀ ਦੱਸਿਆ ਇਸ ਘਟਨਾ ਬਾਰੇ, ਆਓ ਤੁਹਾਨੂੰ ਸੁਣਾਉਂਦੇ ਹਾਂ। ਮੇਰੇ ਮਾਤਾ ਜੀ ਵੀ ਪਿੱਛੇ ਬੈਠੇ ਸੀ ਐਕਟਿਵਾ ਤੇ ਇਹਨਾਂ ਤੇ, ਤੇ ਜਦੋਂ ਆਉਂਦੇ ਹੋਏ ਇੱਥੇ ITI ਦੇ ਸਾਹਮਣੇ ਟਰੂ ਵੈਲਿਊ ਦੇ ਕੋਲ ਨਾ ਇਹਨਾਂ ਦੀ ਐਕਟਿਵਾ ਦੇ ਵਿੱਚ ਪਿੱਛੋਂ ਲਿਆ ਕੇ ਕਿਸੇ ਨੇ ਗੱਡੀ ਮਾਰੀ। ਇਹ ਜਦਕਿ ਸਾਈਡ ਤੇ ਤੁਰੇ ਐਕਟਿਵਾ ਤੇ, ਮੌਕੇ ਦੇ ਉੱਤੇ ਤਾਂ ਮੈਂ ਉੱਥੇ ਨਹੀਂ ਸੀਗਾ। ਵੈਸੇ ਉੱਥੇ ਕੈਮਰੇ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਪਈ ਹੈਗੀ। ਇਹਨਾਂ ਨੇ ਹੈਲਮਟ ਪਾਇਆ ਸੀ ਤੇ ਬਿਲਕੁਲ 10 ਦੀ ਸਪੀਡ ਤੇ ਸੀਗੇ, ਹੌਲੀ ਹੌਲੀ। ਠੀਕ ਹੈ ਜੀ, ਅੱਗੇ ਕੋਈ ਬੱਸ ਖੜੀ ਸੀ ਉਹਦੇ ਕਰਕੇ ਹੌਲੀ ਹੋ ਗਏ ਸੀ। ਇੱਕ ਟਰੱਕ ਪਿੱਛੋਂ ਆਇਆ, ਪਿੱਛੋਂ ਆ ਕੇ ਉਹਨੇ ਸਾਈਡ ਮਾਰੀ ਐਕਟਿਵਾ ਦੇ ਵਿੱਚ, ਤੇ ਉਹ ਮਾਤਾ ਜੀ ਮੇਰੇ ਪਿੱਛੇ ਨੂੰ ਡਿੱਗ ਪਏ। ਸਿਰ 'ਤੇ ਸੱਟ ਚ ਲੱਗਣ ਦੇ ਕਾਰਨ ਉਹਨਾਂ ਦੇ ਫਿਰ ਉੱਥੇ ਥਾਂ ਹੀ ਸ਼ਾਇਦ ਪੂਰੇ ਹੋ ਗਏ, ਜਾਂ ਇਹ ਪੋਸਟਮਾਰਟਮ 'ਚ ਪਤਾ ਲੱਗੇਗਾ। ਸਾਨੂੰ ਇੱਕ ਫੋਨ ਆਇਆ ਤਾਂ ਅਸੀਂ ਜਦੋਂ ਪਹੁੰਚੇ ਤਾਂ ਮਾਤਾ ਜੀ ਦੀ ਡੈਥ ਹੋ ਚੁੱਕੀ ਸੀਗੀ ਜੀ। ਨਹੀਂ ਜੀ, ਇਹਨਾਂ ਨੂੰ ਛੱਡ ਕੇ ਗਏ ਸੀ ਸ਼ਾਇਦ, ਉੱਥੋਂ ਰਸਤੇ ਦੇ ਵਿੱਚੋਂ ਕੋਈ ਛੱਡ ਕੇ ਗਏ ਸੀ, ਸ਼ਾਇਦ ਟਰੂ ਵੈਲਿਊ ਵਾਲੇ ਛੱਡ ਕੇ ਗਏ ਸੀ ਜਾਂ ਕੋਈ ਵੀ ਛੱਡ ਕੇ ਗਿਆ ਸੀਗਾ। ਗੱਡੀ ਦਾ ਜਿਹੜਾ ਡਰਾਈਵਰ ਫੜਿਆ ਗਿਆ, ਹਾਂਜੀ ਉਹ ਫੜਿਆ ਗਿਆ ਸੀ, ਉਹਨੂੰ ਲੈ ਕੇ ਵੀ ਆਏ ਸੀਗੇ ਪੁਲਿਸ ਵਾਲੇ, ਬਟ ਉਹ ਪੂਰੀ ਨਸ਼ੇ ਦੇ ਹਾਲਤ ਵਿੱਚ ਸੀਗਾ। ਉਹ ਤਾਂ ਬੋਲ ਵੀ ਨਹੀਂ ਸਕਦਾ ਸੀਗਾ, ਉਹ ਤਾਂ ਇੰਨਾ ਵੀ ਬੋਲਦਾ ਪਿਆ ਸੀਗਾ ਕਿ ਮੇਰੇ 'ਤੇ ਤਾਂ ਪਹਿਲਾਂ ਵੀ ਇੱਕ ਚੱਲਦਾ ਪਿਆ। ਪੁਲਿਸ ਨੇ ਬਿਆਨ ਦਰਜ ਕੀਤੇ ਸੀਗੇ ਜੀ, ਹੁਣ ਪਿਤਾ ਜੀ ਦੇ ਵੀ ਬਿਆਨ ਲੈਣਗੇ। ਉਹ ਪ੍ਰਸ਼ਾਸਨ ਤੋਂ ਮੰਗ ਸਰ, ਸਾਨੂੰ ਨਾ ਇਨਸਾਫ਼ ਦਿੱਤਾ ਜਾਵੇ, ਅਤੇ ਜਿਹੜੇ ਨਸ਼ਿਆਂ ਚਲਾ ਕੇ ਗੱਡੀਆਂ ਚਲਾਉਂਦੇ ਹੈਗੇ ਆ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਰੋਕ ਲੱਗਣੀ ਚਾਹੀਦੀ ਹੈਗੀ ਆ, ਤਾਂ ਜੋ ਕਿਸੇ ਗਰੀਬ ਦੇ ਉੱਤੇ ਇੱਦਾਂ ਧੱਕਾ ਨਾ ਹੋ ਸਕੇ ਜੀ। ਇਹ ਐਕਸੀਡੈਂਟ ITI ਦੇ ਸਾਹਮਣੇ ਹੋਇਆ, ਇੱਕ ਐਕਟਿਵਾ ਅਤੇ ਇੱਕ ਕੈਂਟਰ, ਐਕਟਿਵਾ ਸਵਾਰ ਪਤੀ ਪਤਨੀ ਚਮਨ ਲਾਲ ਅਤੇ ਉਹਦੀ ਪਤਨੀ ਚਰਨਜੀਤ ਕੌਰ, ਇਹਨਾਂ ਦਾ ਮਤਲਬ ਦੇਖਣ ਦੇ ਫਿਲਹਾਲ ਜੋ ਸੁਣ 'ਤੇ ਆਇਆ ਸਾਈਡ ਵੱਜੀ ਆ ਟਰੱਕ ਦੀ ਅਤੇ ਉਹ ਮੌਕੇ 'ਤੇ ਮੌਤ ਹੋ ਗਈ ਆ ਚਰਨਜੀਤ ਕੌਰ ਦੀ। ਬਿਆਨ ਲੈ ਕੇ ਹਟੇ ਹਾਂ, ਜੋ ਬਣਦੀ ਕਾਰਵਾਈ ਕੀਤੀ ਜਾ ਰਹੀ, ਬਸ ਉਹ ਐਵੀਡੈਂਸ ਚੱਲ ਰਹੀ ਆ, ਬਾਦਸ਼ਾਹ ਤੁਹਾਨੂੰ ਸਾਂਝੀ ਕੀਤੀ ਜਾਊ। ਚੜ੍ਹਦੀ ਕਲਾ ਟਾਈਮ TV ਲਈ ਹੁਸ਼ਿਆਰਪੁਰ ਤੋਂ ਅਰਜੁਨ ਜੈਨ ਦੀ ਰਿਪੋਰਟ।